ਸਰਵਸ਼ਕਤੀ ਸੈਨਾ ਵੱਲੋਂ ਇੱਕ ਹੰਗਾਮੀ ਮੀਟਿੰਗ ਪਗਵਾੜਾ ਵਿਖੇ ਕੀਤੀ ਗਈ। ਮੀਟਿੰਗ ਵਿੱਚ ਜੰਮੂ ਵਿੱਚ ਦੋ ਸਿੱਖ ਲੜਕੀਆਂ ਦਾ ਜ਼ਬਰਦਸਤੀ ਜਵਰਜਨਾ ਕਰਕੇ ਧਰਮ ਪਰਿਵਰਤਨ ਕੀਤਾ ਗਿਆ, ਜਿਸ ਦਾ ਜ਼ਬਰਦਸਤ ਵਿਰੋਧ ਜਤਾਉਂਦੇ ਹੋਏ ਸਰਵਸ਼ਕਤੀ ਸੈਨਾ ਦੇ ਉੱਤਰ ਭਾਰਤ ਪ੍ਰਮੁੱਖ ਰਜਿੰਦਰ ਸ਼ਰਮਾ ਅਤੇ ਜ਼ਿਲ੍ਹਾ ਪ੍ਰਧਾਨ ਦਿਨੇਸ਼ ਬੰਸਲ ਵੱਲੋਂ ਦਹਿਸ਼ਤਗਰਦਾਂ ਨੂੰ ਇਹ ਚੁਣੌਤੀ ਦਿੱਤੀ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਬਾਜ ਆ ਜਾਓ, ਨਹੀਂ ਤਾਂ ਸਰਵਸ਼ਕਤੀ ਸੈਨਾ ਇਸ ਗੱਲ ਦਾ ਜਵਾਬ ਇੱਟ ਦਾ ਜਵਾਬ ਪੱਥਰ ਨਾਲ ਦੇਵੇਗੀ, ਕਿਉਂਕਿ ਇਹੋ ਜਿਹੀਆਂ ਹਰਕਤਾਂ ਬਰਦਾਸ਼ਤ ਦੇ ਕਾਬਲ ਨਹੀਂ ਹਨ। ਇਸ ਮੌਕੇ ਸਰਵਸ਼ਕਤੀ ਸੈਨਾ ਦੇ ਹੋਰ ਵੀ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ। ਫਗਵਾੜਾ ਨਿਊਜ਼ ਟੀਵੀ ਤੋਂ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ। ਜੈ ਸ਼ੰਕਰ ਜੀ, ਮੈਂ ਦਿਨੇਸ਼ ਬਾਂਸਲ, ਡਿਸਟ੍ਰਿਕਟ ਪ੍ਰੈਜ਼ੀਡੈਂਟ ਸਰਵਸ਼ਕਤੀ ਸੈਨਾ ਕਪੂਰਥਲਾ। ਅਸੀਂ ਅੱਜ ਫਗਵਾੜੇ ਦੇ ਯੂਨਿਟ ਇਕੱਠੇ ਹੋਏ ਸੀਗੇ, ਜਿਸ ਦੇ ਵਿੱਚ ਜਿਹੜੀਆਂ ਸਾਡੀਆਂ ਸਿੱਖ ਭੈਣਾਂ ਦੇ ਨਾਲ ਕਸ਼ਮੀਰ ਦੇ ਵਿੱਚ ਬੜੀ ਮੰਦਭਾਗੀ ਘਟਨਾ ਹੋਈ ਸੀ। ਗਨ ਪੁਆਇੰਟ ਦੇ ਉੱਤੇ ਕੁਛ ਦਰਿੰਦਿਆਂ ਨੇ ਉਹਨਾਂ ਨਾਲ ਜਬਰਨ ਨਿਕਾਹ ਕੀਤਾ, ਉਹਨਾਂ ਨਾਲ ਬਦਤਮੀਜੀ ਕੀਤੀ। ਅਸੀਂ ਉਹਦੀ ਭਰਪੂਰ ਸ਼ਬਦਾਂ 'ਚ ਨਿੰਦਾ ਕਰਦੇ ਹਾਂ, ਜਿੱਦਾਂ ਸਾਡੇ ਪਹਿਲਾਂ ਸੀਨੀਅਰ ਰਜਿੰਦਰ ਸ਼ਰਮਾ ਜੀ ਨੇ ਸਾਰਾ ਕੁਝ ਦੱਸਿਆ ਹੀ ਹੈ। ਔਰ ਉਹਦੇ ਨਾਲ ਨਾਲ ਜਦੋਂ ਵੀ ਸਾਡੇ ਹਿੰਦੂ ਧਰਮ ਦੀ ਅਮਰਨਾਥ ਯਾਤਰਾ ਸ਼ੁਰੂ ਹੁੰਦੀ ਆ, ਉਦੋਂ ਕੋਈ ਨਾ ਕੋਈ ਅੱਤਵਾਦੀ ਜਿਹੜੇ ਸੰਗਠਨ ਹੈਗੇ ਆ ਉਹ ਕੋਈ ਨਾ ਕੋਈ ਏਦਾਂ ਦਾ ਕੰਮ ਕਰ ਜਾਂਦੇ ਆ ਜਿਹਦੇ ਨਾਲ ਕਿ ਲੋਕਾਂ ਦੇ ਵਿੱਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰਦੇ ਆ। ਔਰ ਇਸ ਵਾਰ ਤਾਂ ਵੈਸੇ ਹੀ ਹਾਲੇ ਪ੍ਰਸ਼ਾਸਨ ਨੇ ਜਿਹੜੀ ਆ ਅਮਰਨਾਥ ਯਾਤਰਾ ਸ਼ੁਰੂ ਨਹੀਂ ਕੀਤੀ, ਪਰਮਿਸ਼ਨ ਨਹੀਂ ਦਿੱਤੀ ਹੈਗੀ, ਪਰ ਫਿਰ ਵੀ ਅੱਤਵਾਦੀ ਸੰਗਠਨਾਂ ਨੇ ਇੱਕ ਡਰੋਨ ਦੀ ਮਦਦ ਦੇ ਨਾਲ ਜੰਮੂ ਦੇ ਵਿੱਚ ਜਿਹੜੀ ਆ ਏਅਰਫੋਰਸ ਦੇ ਉੱਤੇ ਹਮਲਾ ਕੀਤਾ ਆ। ਉਹ ਬੜਾ ਹੀ ਸ਼ਰਮਨਾਕ ਹਮਲਾ ਆ, ਉਹਨਾਂ ਨੂੰ ਡੁੱਬ ਮਰਨਾ ਚਾਹੀਦਾ ਆ। ਜੇ ਉਹ ਆਪਣੇ ਆਪ ਨੂੰ ਇੰਨਾ ਹੀ ਸਮਝਦੇ ਹੈਗੇ ਆ ਕਿ ਉਹਨਾਂ 'ਚ ਕੋਈ ਦਮ ਹੈਗਾ ਆ ਤਾਂ ਉਦਾਂ ਹੀ ਇੰਡੀਅਨ ਆਰਮੀ ਨੂੰ ਚੈਲੰਜ ਕਰ ਲੈਣ, ਆਮਣਾ ਸਾਹਮਣਾ ਕਰ ਲੈਣ। ਔਰ ਸਾਡੇ ਮੋਦੀ ਸਾਹਿਬ ਜਿਹੜੇ ਆ ਉਹਨਾਂ ਕੋਲ ਸਾਰੇ ਸਿਸਟਮ ਲੱਗੇ ਹੋਏ ਆ, ਇੰਡੀਅਨ ਆਰਮੀ ਕੋਲ ਅੱਜ ਦੀ ਡੇਟ ਦੇ ਹਰ ਵਿੱਚ ਫੈਸਿਲਿਟੀ ਹੈਗੀ ਆ ਕਿ ਜੇ ਡਰੋਨ ਦੇ ਥਾਂ ਵੀ ਹਮਲਾ ਹੋਇਆ ਉਹ ਕਿੱਦਾਂ ਡਰੋਨ ਪਹੁੰਚ ਗਿਆ ਉਹਨਾਂ ਦੀ ਹੱਦ ਵਿੱਚ, ਉਹ ਬੰਦਾ ਇਹਨੇ ਕਿੱਦਾਂ ਓਪਰੇਟ ਕੀਤਾ, ਕਿਆ ਇਹਨਾਂ ਕੋਲ ਕਿਹੜੀ ਕਮੀ ਰਹਿ ਗਈ ਆ ਇਹਨਾਂ ਦੀ ਜਿਹਦੇ ਵਿੱਚ ਇਹਨਾਂ ਕੋਲ ਨਹੀਂ ਉਹਦਾ ਪਤਾ ਲਗਾਇਆ ਜਾ ਸਕਿਆ। ਔਰ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਵਾਰ ਵਾਰ ਕਿ ਤੁਸੀਂ ਏਦਾਂ ਦੀਆਂ ਨਾਪਾਕ ਹਰਕਤਾਂ ਜਿਹੜੀਆਂ ਕਰਦੇ ਇਹਨਾਂ ਤੋਂ ਹਰਕਤਾਂ ਤੋਂ ਬਾਜ਼ ਆ ਜਾਓ, ਨਹੀਂ ਤਾਂ ਇੱਟ ਦਾ ਜਵਾਬ ਅਸੀਂ ਪੱਥਰ ਨਾਲ ਦੇਵਾਂਗੇ। ਸਾਡੀ ਚੁੱਪੀ ਨੂੰ ਇਹ ਸ਼ਾਂਤੀ ਨਾਲ ਸਮਝਣ। ਜੈ ਸ਼ੰਕਰ, ਜੈ ਸ਼ੰਕਰ। ਮੈਂ ਰਜਿੰਦਰ ਸ਼ਰਮਾ ਗੱਲ ਕਰ ਰਿਹਾ ਜੀ। ਸਰਵਸ਼ਕਤੀ ਸੈਨਾ ਦੀ ਇੱਕ ਵਿਸ਼ੇਸ਼ ਮੀਟਿੰਗ ਅੱਜ ਮੰਦਰ 'ਚ ਰੱਖੀ ਗਈ ਸੀ। ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਇਹ ਹਾਦਸਾ ਵਾਪਰਿਆ ਹੈ, ਜਿਹੜੀਆਂ ਦੋ ਲੜਕੀਆਂ ਨਾਲ ਜ਼ਬਰਜਨਾਹ ਕਰਕੇ ਨਿਕਾਹ ਕੀਤਾ ਗਿਆ ਹੈ, ਇਹ ਬੜੀ ਹੀ ਸ਼ਰਮਸਾਰ ਹੈ ਉਹਨਾਂ ਲੋਕਾਂ ਲਈ। ਉਹਨਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ, ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਹ ਹਾਦਸਾ ਕੀਤਾ ਹੈ। ਦੂਜੇ ਨੰਬਰ 'ਤੇ ਗੱਲ ਅਸੀਂ ਜੰਮੂ ਕਸ਼ਮੀਰ ਦੇ ਰਾਜਪਾਲ ਜੀ ਨੂੰ ਦੱਸ ਦੇਣਾ ਚਾਹੁੰਦੇ ਹਾਂ ਸਰਵਸ਼ਕਤੀ ਸੈਨਾ ਦੇ ਮਾਧਿਅਮ ਤੋਂ ਵੀ ਤੁਸੀਂ ਇਹਨੂੰ ਪਹਿਲੇ ਕਦਮ 'ਤੇ ਹੀ ਰੋਕ ਲਓ, ਇਹਦੇ ਵਿੱਚ ਹੀ ਸੁੱਖ ਸ਼ਾਂਤੀ ਤੁਹਾਡੇ ਲਈ ਵੀ ਰਹੇਗੀ ਅਤੇ ਸਮਾਜ ਲਈ ਵੀ ਰਹੇਗੀ। ਨਹੀਂ ਤਾਂ ਸਰਵਸ਼ਕਤੀ ਸੈਨਾ ਇਹਦਾ ਅੰਦੋਲਨ ਕਰੇਗੀ, ਸੜਕਾਂ 'ਤੇ ਡਟ ਕੇ ਵਿਰੋਧ ਕਰੇਗੀ ਇਸ ਚੀਜ਼ ਦਾ। ਕਿਸੇ ਧੀ ਭੈਣ ਨਾਲ ਜਬਰਨ ਜਰਾ ਅਸੀਂ ਹੋਣ ਨਹੀਂ ਦੇਣੀ, ਕਿਸੇ ਵੀ ਕੀਮਤ 'ਤੇ ਨਹੀਂ ਹੋਣ ਦੇਣੀ, ਚਾਹੇ ਉਹਦੇ ਲਈ ਕੋਈ ਵੀ ਕੀਮਤ ਚੁਕਾਉਣੀ ਪਵੇ, ਅਸੀਂ ਉਹਦੇ ਲਈ ਤਿਆਰ ਖੜੇ। ਇਹਨਾਂ ਨੇ ਕੀ ਸਮਝਿਆ ਹੈ ਕਿ ਚਾਰ ਬੰਦੂਕਾਂ ਹੱਥ 'ਚ ਲੈ ਕੇ ਜਿਹਦੇ ਮਰਜ਼ੀ ਗਨ ਪੁਆਇੰਟ 'ਤੇ ਰੱਖ ਕੇ ਉਹਨਾਂ ਨੂੰ ਕਰਾਉਂਦੇ ਨੇ? ਜੇ ਬੜੇ ਮਰਦ ਬੰਦੇ ਨੇ ਆਪਣੇ ਆਪ 'ਤੇ ਬੰਦੂਕਾਂ ਛੱਡ ਕੇ ਸਾਡੇ ਨਾਲ ਦੋ ਦੋ ਹੱਥ ਕਰਕੇ ਵੇਖ ਲੈਣ, ਅਸੀਂ ਖੁੱਲ੍ਹਾ ਚੈਲੇਂਜ ਦਿੰਦੇ ਹਾਂ ਇਹਨਾਂ ਨੂੰ, ਖੁੱਲ੍ਹਾ ਚੈਲੇਂਜ ਦਿੰਦੇ ਹਾਂ। ਜਦੋਂ ਇਹ ਚਾਹੁਣ ਆ ਜਾਣ ਬੰਦੂਕਾਂ ਛੱਡ ਕੇ ਸਾਡੇ ਨਾਲ, ਜਾਂ ਫੜਾਉਣ ਸਾਡੇ ਹੱਥ 'ਚ ਵੀ ਬੰਦੂਕਾਂ, ਦੇ ਪ੍ਰਸ਼ਾਸਨ ਸਾਨੂੰ ਇਜਾਜ਼ਤ ਇਸ ਚੀਜ਼ ਦੀ, ਅਸੀਂ ਵੀ ਬੰਦੂਕਾਂ ਲੈ ਕੇ ਸਾਹਮਣਾ ਕਰੀਏ, ਫਿਰ ਇਹਨਾਂ ਨੂੰ ਦੱਸੀਏ ਵੀ ਜਿਹਾਦ ਦੀ ਲੜਾਈ ਜਿਹੜੀ ਹੈ ਕਿੱਦਾਂ ਲੜੀ ਜਾਂਦੀ ਹੈ, ਦੂਜਿਆਂ ਨੂੰ ਗਨ ਪੁਆਇੰਟ 'ਤੇ ਰੱਖ ਕੇ ਜਿਹਾਦ ਦੀ ਲੜਾਈ ਲੜੀ ਜਾਂਦੀ ਹੈ। ਕਿਸੇ ਨਾਲ ਕਿਸੇ ਮਜ਼ਲੂਮ ਨਾਲ ਜ਼ੁਲਮ ਕਰਨਾ ਇਹ ਕਿਹੜੀ ਕਿਤਾਬ 'ਚ ਲਿਖਿਆ ਗਿਆ, ਕਿਹੜੇ ਕੁਰਾਨ ਸ਼ਰੀਫ 'ਚ ਲਿਖਿਆ ਗਿਆ, ਕਿਹੜੇ ਗ੍ਰੰਥ 'ਚ ਲਿਖਿਆ ਗਿਆ ਹੈ? ਮੋਦੀ ਸਾਹਿਬ ਨੂੰ ਵੀ ਇਹ ਸੰਦੇਸ਼ਾ ਜਿਹੜਾ ਹੈ ਉਹ ਜਾਣਾ ਚਾਹੀਦਾ ਹੈ। ਮੋਦੀ ਸਾਹਿਬ ਜੰਮੂ ਕਸ਼ਮੀਰ ਦੇ ਵਿੱਚ ਦੁਬਾਰਾ ਆਤੰਕਵਾਦ ਜਿਹੜਾ ਹੈ ਆਪਣੀਆਂ ਹਰਕਤਾਂ ਲੈ ਰਿਹਾ ਹੈ, ਹੁਣ ਅਸੀਂ ਇਹਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਾਂਗੇ। ਬਰਦਾਸ਼ਤ ਕਰਦਿਆਂ ਕਰਦਿਆਂ 72 ਸਾਲ ਗੁਜ਼ਰ ਗਏ, ਅਸੀਂ ਤੁਹਾਡੇ ਮੂੰਹ ਹਾਲ ਵੇਖਦੇ ਪਏ ਹਾਂ। ਐਸਾ ਨਾ ਹੋਏ ਕਿ ਜਨਤਾ ਸੜਕਾਂ 'ਤੇ ਉਤਰੇ, ਜਿਵੇਂ ਕਿਸਾਨ ਅੰਦੋਲਨ ਲਈ ਕਿਸਾਨ ਸੜਕਾਂ 'ਤੇ ਆ ਚੁੱਕੇ ਨੇ, ਇਸ ਤਰ੍ਹਾਂ ਹਰ ਇਨਸਾਫ ਲੈਣ ਲਈ ਹਰ ਆਦਮੀ ਸੜਕ 'ਤੇ ਉਤਰੇ। ਇਹਦੇ ਲਈ ਤੁਸੀਂ ਇਹਦਾ ਇੰਤਜ਼ਾਮ ਤੁਸੀਂ ਕਰਨਾ, ਅਸੀਂ ਨਹੀਂ ਕਰਨਾ। ਅਸੀਂ ਲੋਕਾਂ ਨੇ ਤੁਹਾਨੂੰ ਰਾਜ ਸੌਂਪਿਆ, ਤੁਸੀਂ ਰਾਜ ਕਰੋ, ਸਾਡਾ ਸਾਥ ਦਿਓ, ਸਾਡੀ ਹਿਫਾਜ਼ਤ ਕਰੋ, ਸਾਡੀ ਬੱਚਿਆਂ ਦੀ ਹਿਫਾਜ਼ਤ ਕਰੋ। ਜੇ ਤੁਸੀਂ ਆਪਣੇ ਸਮਾਜ ਦੇ ਵਿੱਚ ਧੀਆਂ ਭੈਣਾਂ ਦੀ ਹਿਫਾਜ਼ਤ ਨਹੀਂ ਕਰ ਸਕਦੇ ਤੇ ਕਾਹਦਾ ਤੁਹਾਡਾ ਦੇਸ਼ ਹੈ, ਕਾਹਦਾ ਤੁਹਾਡਾ ਕਾਨੂੰਨ ਹੈ? ਕਿਸ ਕਾਨੂੰਨ ਨੂੰ ਲੈ ਕੇ ਤੁਸੀਂ UTI ਬਣਾ ਦਿੱਤਾ ਜੰਮੂ ਕਸ਼ਮੀਰ ਨੂੰ? ਜੇ ਤੁਸੀਂ UTI ਬਣਾਇਆ ਤੇ ਲੋਕਾਂ ਦੀ ਰੱਖਿਆ ਕਰੋ, ਲੋਕ ਕਿੱਦਾਂ ਰੱਖਿਆ ਕਰਨਗੇ ਆਪਣੀ? ਲੋਕ ਆਪਣੇ ਘਰ ਦੇ ਵਿੱਚ ਦੋ ਦੋ ਚਾਰ ਚਾਰ ਬੰਦੂਕਾਂ ਰੱਖਣ, ਫਿਰ ਰੱਖਿਆ ਕਰਨ ਆਪਣੀ ਧੀਆਂ ਭੈਣਾਂ ਦੀ?
ਕਿਹੜੀਆਂ ਧੀਆਂ ਭੈਣਾਂ ਅੱਜ ਸਿੱਖ ਧਰਮ ਦੀ ਧੀਆਂ ਭੈਣਾਂ ਨਾਲ ਹੋਇਆ ਕੱਲ ਕਿਸੇ ਇਹ ਦਹਿਸ਼ਤ ਲੋਕਾਂ ਚ ਫੈਲਾਈ ਜਾ ਰਹੀ ਹੈ ਕਿ ਲੋਕੀ ਉੱਥੋਂ ਡਰਨ ਲੇਕਿਨ ਧਿਆਨ ਰੱਖਿਓ ਇਹ ਜਿਹੜੀ ਦਹਿਸ਼ਤ ਕਰ ਦੋ ਤੁਹਾਨੂੰ ਖੁੱਲਾ ਚੈਲੰਜ ਹੈ ਸਾਡਾ ਅੱਜ ਸਰਵ ਸ਼ਕਤੀ ਸੈਨਾ ਦੇ ਮਾਧਿਅਮ ਤੋਂ ਕਿ ਤੁਸੀਂ ਇਹ ਦਹਿਸ਼ਤਗਰਦੀ ਜਿੰਨੀ ਫੈਲਾਣੀ ਸੀ ਫੈਲਾ ਚੁੱਕੇ ਹੈ ਹੁਣ ਸਾਡੇ ਵੀਰ ਭਰਾ ਅਸੀਂ ਸਾਰੇ ਜਾਗ ਚੁੱਕੇ ਹਾਂ ਇਕਜੁੱਟ ਹੋਵਾਂਗੇ ਔਰ ਤੁਹਾਡਾ ਸਾਹਮਣਾ ਕਰਾਂਗੇ ਡਟ ਕੇ। Subscribe now and press the bell icon. Never miss an update.